ਸੋ ਜਾਂ ਉਹ ਖਾ ਹਟੇ ਤਾਂ ਯਿਸੂ ਨੇ ਸ਼ਮੌਨ ਪਤਰਸ ਨੂੰ ਆਖਿਆ, ਸ਼ਮੌਨ ਯੋਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਹਨਾਂ ਨਾਲੋਂ ਵੱਧ ਪਿਆਰ ਕਰਦਾ ਹੈ? ਹਾਂ ਪ੍ਰਭੂ ਜੀ, ਤੂੰ ਜਾਣਦਾ ਹੈ ਮੈਂ ਤੇਰੇ ਨਾਲ ਹਿੱਤ ਕਰਦਾ ਹਾਂ। ਮੇਰੇ ਲੇਲਿਆਂ ਨੂੰ ਚਾਰ। ਯਿਸੂ ਨੇ ਫਿਰ ਦੂਜੀ ਵਾਰ ਉਹਨੂੰ ਕਿਹਾ, ਸ਼ਮੌਨ ਯੋਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈ? ਹਾਂ ਪ੍ਰਭੂ ਜੀ, ਤੂੰ ਜਾਣਦਾ ਹੈ ਮੈਂ ਤੇਰੇ ਨਾਲ ਹਿੱਤ ਕਰਦਾ ਹਾਂ। ਮੇਰੀਆਂ ਭੇਡਾਂ ਦੀ ਰੱਖਿਆ ਕਰ। ਯਿਸੂ ਨੇ ਤੀਜੀ ਵਾਰ ਉਹਨੂੰ ਕਿਹਾ, ਸ਼ਮੌਨ ਯੋਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਹਿੱਤ ਕਰਦਾ ਹੈ? ਪਤਰਸ ਉਦਾਸ ਹੋਇਆ, ਇਸ ਲਈ ਜੋ ਉਹਨੇ ਤੀਜੀ ਵਾਰ ਉਸਨੂੰ ਕਿਹਾ ਕਿ ਤੂੰ ਮੇਰੇ ਨਾਲ ਹਿੱਤ ਕਰਦਾ ਹੈ, ਅਤੇ ਉਸਨੂੰ ਆਖਿਆ, ਪ੍ਰਭੂ ਜੀ, ਤੂੰ ਸਭ ਜਾਣੇ ਜਾਣੇ, ਤੈਨੂੰ ਮਾਲੂਮ ਹੈ ਜੋ ਮੈਂ ਤੇਰੇ ਨਾਲ ਹਿੱਤ ਕਰਦਾ ਹਾਂ। ਮੇਰੀਆਂ ਭੇਡਾਂ ਨੂੰ ਚਾਰ। ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਾਂ ਤੂੰ ਜਵਾਨ ਸੀ ਤਾਂ ਆਪਣਾ ਲੱਕ ਬਣ ਕੇ ਜਿੱਥੇ ਜੀ ਜਾਂਦਾ ਸੀ ਤੂੰ ਉੱਥੇ ਜਾਂਦਾ ਸੀ, ਪਰ ਜਾਂ ਤੂੰ ਬੁੱਢਾ ਹੋਵੇਗਾ ਤਾਂ ਆਪਣੇ ਹੱਥ ਲੰਮੇ ਕਰੇਗਾ ਅਤੇ ਕੋਈ ਹੋਰ ਤੇਰਾ ਲੱਕ ਬਣੇਗਾ, ਪਰ ਜਿੱਥੇ ਤੇਰਾ ਜੀ ਨਾ ਕਰੇ ਉੱਥੇ ਤੈਨੂੰ ਲੈ ਜਾਵੇਗਾ। ਉਸ ਨੇ ਇਹ ਗੱਲ ਇਸ ਲਈ ਆਖੀ ਭਈ ਪਤਾ ਦੇਵੇ ਜੋ ਉਹ ਕਿਹੜੀ ਮੌਤ ਨਾਲ ਪਰਮੇਸ਼ਰ ਦੀ ਵਡਿਆਈ ਕਰੇਗਾ, ਪਰ ਇਹ ਕਹਿ ਕੇ ਉਸ ਨੂੰ ਆਖਿਆ, ਮੇਰੇ ਮਗਰ ਹੋ ਤੁਰ। ਪਤਰਸ ਨੇ ਫਿਰ ਕੇ ਉਸ ਚੇਲੇ ਨੂੰ ਮਗਰ ਆਉਂਦਾ ਵੇਖਿਆ ਜਿਹਨੂੰ ਯਿਸੂ ਪਿਆਰ ਕਰਦਾ ਸੀ, ਅਤੇ ਜਿਹਨੇ ਰਾਤ ਦੇ ਖਾਣੇ ਦੇ ਵੇਲੇ ਉਸ ਦੀ ਛਾਤੀ ਉੱਤੇ ਢਾਸਣਾ ਲਾਇਆ ਹੋਇਆ ਆਖਿਆ ਸੀ, ਪ੍ਰਭੂ ਜੀ, ਇਸ ਦੇ ਨਾਲ ਕੀ ਬੀਤੇਗੀ? ਕਿ ਪ੍ਰਭੂ ਜੀ, ਉਹ ਕੌਣ ਹੈ ਜੋ ਤੈਨੂੰ ਫੜਵਾਉਂਦਾ ਹੈ? ਸੋ ਉਹਨੂੰ ਵੇਖ ਕੇ ਪਤਰਸ ਨੇ ਯਿਸੂ ਨੂੰ ਕਿਹਾ, ਜੇ ਮੈਂ ਚਾਹਾਂ ਜੋ ਮੇਰੇ ਆਉਣ ਤੀਕ ਠਹਿਰੇ ਤਾਂ ਤੈਨੂੰ ਕੀ, ਤੂੰ ਮੇਰੇ ਮਗਰ ਹੋ ਤੁਰ। ਤਾਂ ਭਾਈਆਂ ਵਿੱਚ ਇਹ ਗੱਲ ਖਿੰਡ ਗਈ ਭਈ ਉਹ ਚੇਲਾ ਨਾ ਮਰੂ, ਪਰ ਯਿਸੂ ਨੇ ਉਹਨੂੰ ਇਹ ਨਹੀਂ ਆਖਿਆ ਸੀ ਭਈ ਉਹ ਨਾ ਮਰੇਗਾ, ਪਰ ਇਹ ਕਿ ਜੇ ਮੈਂ ਚਾਹਾਂ ਉਹ ਮੇਰੇ ਆਉਣ ਤੱਕ ਠਹਿਰੇ ਤਾਂ ਤੈਨੂੰ ਕੀ। ਇਹ ਉਹ ਚੇਲਾ ਹੈ ਜਿਹੜਾ ਇਹਨਾਂ ਗੱਲਾਂ ਦੀ ਸਾਖੀ ਦਿੰਦਾ ਹੈ, ਅਰ ਜਿਹਨੇ ਇਹ ਗੱਲਾਂ ਲਿਖੀਆਂ, ਅਤੇ ਅਸੀਂ ਜਾਣਦੇ ਹਾਂ ਜੋ ਉਹਦੀ ਸਾਖੀ ਸੱਚੀ ਹੈ। ਅਤੇ ਹੋਰ ਵੀ ਢੇਰ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ, ਜੇ ਉਹ ਸਭੇ ਇੱਕ ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਭਈ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਜਗਤ ਵਿੱਚ ਵੀ